ਸਤਿ ਸ਼੍ਰੀ ਅਕਾਲ ਪੰਜਾਬ ਮੇਲ USA TV ਗੱਲ ਦਿਲ ਦੀ। ਮੈਂ ਹਾਂ ਸੰਜੀਵ ਯਸ਼ ਖੰਨਾ। ਮਹਿੰਗਾਈ ਹੋ ਗਈ ਬਹੁਤ ਜ਼ਿਆਦਾ, ਨਖਰੇ ਵੀ ਮਹਿੰਗੇ ਹੋ ਗਏ, ਹਾਂ ਖੁਸ਼ੀਆਂ ਵੀ ਮਹਿੰਗੀਆਂ ਹੋ ਗਈਆਂ, ਰਿਸ਼ਤੇਦਾਰੀਆਂ ਵੀ ਮਹਿੰਗੀਆਂ ਹੋ ਗਈਆਂ। ਯੈ ਸਾਰੀ ਰਿਸ਼ਤੇਦਾਰੀਆਂ ਸਿਮਟ ਕਰ ਟੈਲੀਫੋਨ ਤੱਕ ਆ ਗਈ, ਸਿੱਕਾ ਡਾਲੋ ਤੋ ਬਾਤ ਹੋਤੀ ਹੈ। ਮਤਲਬ ਇਹ ਹੈ ਕਿ ਪੈਸੇ ਦੀ ਖਣ ਖਣ ਉਹੀ ਸੁਣਦੀ ਹੈ, ਬਾਕੀ ਤਾਂ ਪਤਾ ਨਹੀਂ। ਦੇਖੋ ਗੱਲ ਇੰਨੀ ਆ ਕਿ ਮਹਿੰਗਾਈ ਬਹੁਤ ਜ਼ਿਆਦਾ ਹੈ ਅਤੇ ਜਿਹੜੀਆਂ ਚੀਜ਼ਾਂ ਸਾਡੀਆਂ ਲੋੜਦੀਆਂ ਨੇ ਉਹ ਤਾਂ ਸਾਨੂੰ ਖਰੀਦਣੀਆਂ ਪੈਣੀਆਂ ਨੇ। ਰੋਟੀ, ਕੱਪੜਾ, ਮਕਾਨ, ਦਵਾਈਆਂ, ਹੈ ਨਾ, ਕੱਪੜੇ ਸੋਹਣੇ ਸੋਹਣੇ ਬ੍ਰਾਂਡਿਡ ਨਾ ਪਾਓ ਅਤੇ ਸਿੰਪਲ ਪਾ ਲਓ ਭਾਈ, ਖਾਣੇ ਬ੍ਰਾਂਡਿਡ ਨਾ ਖਾਓ ਅਤੇ ਸਿੰਪਲ ਖਾ ਲਓ ਭਾਈ, ਹੈ ਨਾ, ਘਰ ਛੋਟੇ ਜਿਹੇ 'ਚ ਰਹਿ ਲਓ ਭਾਈ। ਚਲੋ ਕਿਰਾਏ ਦਾ ਵੀ ਹੈਗਾ ਪਰ ਕਿਸੇ ਦਾ ਕਰਜ਼ਾ ਤਾਂ ਨਹੀਂ ਦੇਣਾ, ਕੋਈ ਲੋਨ ਤਾਂ ਨਹੀਂ ਲਿੱਤਾ ਹੋਇਆ ਕਿਰਾਏ ਦੇ ਮਕਾਨ ਵਿੱਚ ਵੀ, ਸ਼ੁਕਰ ਹੈ ਰੱਬ ਦਾ। ਕਹਿੰਦੇ ਨੇ ਬਜ਼ੁਰਗ ਅਮੀਰ ਹੋ ਜਿਹਨੇ ਨਾ ਕਿਸੇ ਨੂੰ ਕੁਝ ਦੇਣਾ ਅਤੇ ਨਾ ਕਿਸੇ ਤੋਂ ਕੁਝ ਲੈਣਾ। ਆ ਪੈਸੇ ਧੇਲੇ ਦੀ ਗੱਲ ਹੈ ਜੀ, ਪੈਸਾ ਉਧਾਰ ਦਿੱਤਾ ਨਹੀਂ ਤਾਂ ਰਿਸ਼ਤੇਦਾਰੀ ਟੁੱਟ ਗਈ, ਦੋਸਤੀ ਟੁੱਟ ਗਈ, ਕਿਉਂਕਿ ਮੰਗਣਾ ਪੈਣਾ ਨਾ ਜਦੋਂ ਵਾਪਸ, ਅਗਲੇ ਦਾ ਮੂੰਹ ਐਂ ਸੁੱਜ ਜਾਣਾ, ਉਹ ਮੇਰੇ ਤੋਂ ਤੂੰ ਪੈ, ਤੂੰ ਹੁਣ ਵਾਪਸ ਮੰਗਦਾ ਪਿਆ, ਮੈਨੂੰ ਲੋੜ ਹੈਗੀ। ਉਹ ਭਰਾਵਾ ਆਪਣੇ ਮੰਗਦਾ ਪਿਆ, ਤੇਰੇ ਤਾਂ ਨਹੀਂ ਮੰਗਦਾ ਪਿਆ, ਕਿਉਂ ਮੰਗਦਾ ਪਿਆ, ਭੁੱਲ ਜਾ, ਭੁੱਲ ਜਾ। ਕਮਾਲ ਹੋ ਗਈ ਯਾਰ, ਮਿਹਨਤ ਮੈਂ ਕੀਤੀ, ਪੈਸਾ ਮੈਂ ਕਮਾਇਆ, ਤੈਨੂੰ ਲੋੜ ਵੇਲੇ ਮੈਂ ਦੇ ਦਿੱਤਾ, ਹੁਣ ਜੇ ਮੈਨੂੰ ਲੋੜ ਹੈ ਮੈਂ ਵਾਪਸ ਲੈਣ ਲੱਗਾ, ਤੂੰ ਮੂੰਹ ਐਂ ਕੱਦੂ ਆਖਣ ਸੁਝਾ ਕੇ ਬਹਿ ਗਿਆ। ਕਹਿੰਦਾ ਭੁੱਲ ਜਾ, ਕਿਵੇਂ ਭੁੱਲ ਜਾਵਾਂ ਮੈਂ, ਤੂੰ ਦੇ ਆਪਣੇ ਸਾਰੇ ਪੈਸੇ ਮੈਨੂੰ ਤਾਂ ਤੂੰ ਭੁੱਲ ਜਾ ਨਾ, ਉਹ ਕਿਵੇਂ ਭੁੱਲਾਂ, ਮੇਰੇ ਮੇਰੇ ਆਪਣੇ ਅਤੇ ਤੇਰੇ ਮੇਰੇ ਸਾਂਝੇ। ਕਮਾਲ ਹੋ ਗਈ ਯਾਰ, ਕਿੰਨਾ ਸਿਆਣਾ ਤੂੰ। ਸੋ ਇਹ ਹੈ ਰਿਸ਼ਤੇਦਾਰੀਆਂ, ਇੱਦਾਂ ਹੀ ਚੱਲਦੀ ਦੁਨੀਆ, ਔਰ ਇੱਦਾਂ ਪਤਾ ਨਹੀਂ ਕਦੋਂ ਤੋਂ ਚੱਲਦੀ ਪਈ ਹੈ। ਇਤਿਹਾਸ ਦੇਖ ਲਓ, ਉਹਦੇ ਵੀ ਮਾਮੇ, ਚਾਚੇ, ਤਾਏ, ਭੂਆ, ਫੁੱਫੜ ਦੇ ਸਾਰੇ ਪੁੱਤਰ ਪੁੱਤਰੀਆਂ ਆਪਸ ਦੇ ਵਿੱਚ ਲੜਦੇ ਰਹਿੰਦੇ ਨੇ ਪੈਸੇ ਧੇਲੇ ਪਿੱਛੇ, ਜਾਇਦਾਦਾਂ ਪਿੱਛੇ। ਹਾਂਜੀ, ਜੰਗਾਂ ਹੋ ਗਈਆਂ ਰਾਜਗੱਦੀਆਂ ਪਿੱਛੇ, ਆਪਾਂ ਤਾਂ ਦੇਖਦੇ ਹਾਂ ਇਤਿਹਾਸ, ਦੇਖੋ ਹਾਂਜੀ ਲੜਾਈਆਂ ਹੋ ਗਈਆਂ, ਨਿਰਦੋਸ਼ ਲੋਕ ਮਾਰੇ ਗਏ, ਰਾਜਾ ਤੂੰ ਬਣੇਗਾ ਕਿ ਰਾਜਾ ਮੈਂ ਬਣਾਂਗਾ, ਆਹ ਕੀ ਹੋਇਆ। ਜਿਹੜਾ ਮਰਜ਼ੀ ਰਾਜਾ ਬਣੇ, ਖਸਮਾਂ ਨੂੰ ਖਾਵੇ, ਆਮ ਲੋਕਾਂ ਨੇ ਕੀ ਲੈਣਾ ਦੇਣਾ, ਪਰ ਆਮ ਲੋਕਾਂ ਨੂੰ ਮਾਰ ਦਿੱਤਾ, ਇਹ ਜੀ ਸਾਡਾ ਇਤਿਹਾਸ ਹੈ। ਸੋ ਗੱਲ ਇਹ ਆ, ਉਦੋਂ ਵੀ ਮਹਿੰਗਾਈ ਬਹੁਤ ਸੀ, ਹਰ ਚੀਜ਼ ਮਹਿੰਗੀ ਆ, ਮਹਿੰਗੀ ਕਰ ਦਿੱਤੀ ਜਾਂਦੀ ਹੈ, ਕੋਸਟ ਆਫ ਲਿਵਿੰਗ ਕੁਦਰਤ ਵੱਲੋਂ ਨਹੀਂ ਇਨਸਾਨ ਵੱਲੋਂ ਮਹਿੰਗੀ ਕਰ ਦਿੱਤੀ ਜਾਂਦੀ ਆ। ਕਾਰਨ ਆਪਣਾ ਫਾਇਦਾ, ਆਪਣਾ ਪ੍ਰੋਫਿਟ, ਪਾਵਰ ਐਂਡ ਪ੍ਰੋਫਿਟ ਦਾ ਖੇਲ ਹਰ ਥਾਂ ਦੇ ਉੱਤੇ ਚੱਲਦਾ। ਸੋ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਆ, ਤਾਂ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਨੇ ਅਤੇ ਫਿਰ ਪਿੱਛੇ ਕਿਤੇ ਸਾਡੇ ਸ਼ੌਕ ਸਾਨੂੰ ਵਾਜਾਂ ਮਾਰਦੇ ਰਹਿੰਦੇ ਨੇ, ਉਹ ਮੇਰੀ ਵੀ ਸੁਣ ਲਵੋ, ਇਹ ਮੇਰੀ ਵੀ ਸੁਣ ਲਵੋ, ਕੋਈ ਚੱਜ ਦੀ ਜੁੱਤੀ ਉਹ ਪਾ ਕੇ ਦੇਖ ਲਵੋ, ਕੋਈ ਚੱਜ ਦੇ ਕੱਪੜੇ ਹੀ ਪਾ ਕੇ ਦੇਖ ਲਵੋ, ਕੋਈ ਚੱਜ ਦਾ ਖਾਣਾ ਹੀ ਖਾ ਕੇ ਦੇਖ ਲਵੋ, ਕਿਤੇ ਘੁੰਮਣ ਹੀ ਚਲੇ ਜਾਓ ਥੋੜ੍ਹਾ ਬਹੁਤ, ਕਿਸੇ ਨੂੰ ਦੱਸਣ ਜੋਗੇ ਤਾਂ ਹੋਵੋਗੇ। ਮੈਂ ਉੱਥੇ ਗਿਆ ਸੀ ਕਮ ਸੈਲਫੀਆਂ ਲੈ ਕੇ ਪੋਸਟ 'ਤੇ ਸਟੇਟਸ 'ਤੇ ਪਾਉਣ ਜੋਗੇ ਹੋਵੋਗੇ ਸੋਸ਼ਲ ਮੀਡੀਆ 'ਤੇ, ਮੈਂ ਉੱਥੇ ਗਿਆ ਸੀ, ਉੱਥੇ ਜਾ ਕੇ ਮੈਂ ਪਾਓ ਬੜਾ ਖਾਧਾ ਸੀ, ਜਾਂ ਬਰਗਰ ਹੀ ਖਾਧਾ ਸੀ, ਨਿਊਡਲਸ, ਪਾਸਤਾ, ਔਰ ਕੀ ਹੁੰਦਾ ਪੀਜ਼ਾ, ਜਾਂ ਉਹ ਕੁਛ ਤਾਂ ਪਾਓ ਸਟੇਟਸ ਥੋੜ੍ਹਾ ਬਹੁਤ। ਉਹ ਸ਼ੌਕ ਪਿੱਛੋਂ ਆਵਾਜ਼ਾਂ ਮਾਰਦੇ ਨੇ ਅਤੇ ਅੰਦਰੋਂ ਜੇਬ ਕਹਿੰਦੀ ਹੈ ਠੁਣ ਠਣ ਗੋਪਾਲ, ਠਣ ਠਣ ਗੋਪਾਲ, ਕੱਖ ਨਹੀਂ ਹੈਗਾ। ਚਲੋ ਖੈਰ ਕੋਈ ਗੱਲ ਨਹੀਂ, ਬਜ਼ੁਰਗ ਕਹਿੰਦੇ ਨੇ ਕਿ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ, ਠੀਕ ਹੈ, ਸਿਆਣੀ ਗੱਲ ਹੈ। ਉਧਾਰ ਲੈ ਕੇ ਕੀ ਕਰਨਾ ਹੈ, ਉਧਾਰ ਲੈ ਕੇ ਤਾਂ ਫਿਰ ਮੋੜਨਾ ਵੀ ਪੈਣਾ ਨਾ, ਪਰ ਕਈ ਫਾਰਮੂਲੇ ਬੜੇ ਜ਼ਬਰਦਸਤ ਨੇ। ਆਹ ਕਹਿੰਦਾ ਕੁਝ ਖਾਈਏ ਪੀਏ ਸ਼ੌਕ ਪੂਰੇ ਕਰੀਏ। ਇਹ ਕਹਿੰਦਾ ਪੈਸੇ ਕਿੱਥੋਂ ਆਉਣਗੇ। ਇਹ ਕਹਿੰਦਾ ਉਧਾਰ ਲੈ ਲੈਂਦੇ ਹਾਂ। ਆਹ ਕਹਿੰਦਾ ਮੋੜਨੇ ਕਿੱਥੋਂ ਨੇ। ਆਹ ਕਹਿੰਦਾ ਮੈਂ ਜੋ ਹੈਗਾ ਆਹ ਲੈ ਫੜ, ਠੇਂਗਾ, ਥੰਮਸ ਅਪ, ਆਹ ਲੈ ਫੜ, ਮੋੜ ਦਿੱਤੇ। ਸੋ
ਇਹ ਦੌਰ ਚੱਲਦੇ ਪਏ ਨੇ। ਸੋ ਬਜ਼ੁਰਗ ਕਹਿੰਦੇ ਨੇ ਕਿ ਆਪਣੀ ਚਾਦਰ ਦੇ ਮੁਤਾਬਿਕ ਆਪਣੇ ਪੈਰ ਪਸਾਰੋ, ਸ਼ੌਕ ਜ਼ਰੂਰ ਪੂਰੇ ਕਰੋ, ਕੋਈ ਨਾ ਕੋਈ ਰਾਹ ਨਿਕਲ ਆਉਂਦਾ ਸ਼ੌਕ ਪੂਰੇ ਕਰਨ ਦਾ, ਕਿਉਂਕਿ ਸ਼ੌਕ ਨਾਲ ਹੀ ਜ਼ਿੰਦਗੀ ਹੈ ਔਰ ਜੋ ਬੰਦਾ ਆਪਣੇ ਸ਼ੌਕ ਪੂਰੇ ਕਰਦਾ ਹੈ ਉਹੀ ਜ਼ਿੰਦਗੀ ਜਿਉਂਦਾ ਹੈ। ਪਰ ਸ਼ੌਕ ਮਰਿਆਦਾ ਦੇ ਵਿੱਚ ਹੋਣੇ ਚਾਹੀਦੇ ਨੇ, ਊਠ ਪਟਾਂਗ ਵਾਹਿਆਤ ਕਿਸਮ ਦੇ ਸ਼ੌਕ ਨਹੀਂ ਹੋਣੇ ਚਾਹੀਦੇ, ਸੁੰਦਰ ਸੋਹਣੇ ਸੁਨੱਖੇ ਸ਼ੌਕ ਹੋਣੇ ਚਾਹੀਦੇ ਨੇ, ਮਰਿਆਦਾ ਦੇ ਵਿੱਚ ਸ਼ੌਕ ਹੋਣੇ ਚਾਹੀਦੇ ਨੇ, ਜਿੱਦਾਂ ਗੁਰੂ ਸਾਹਿਬ ਨੇ ਸਮਝਾਇਆ ਉਦਾਂ ਸ਼ੌਕ ਪੂਰੇ ਕਰੋ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਲਓ ਜੀ, ਸ਼ੌਕ ਇਹ ਵੀ ਹੈ ਕਿ ਬਾਹਰ ਜਾ ਕੇ ਖਾਣਾ ਖਾਇਆ ਜਾਵੇ, ਚਲੋ ਖੈਰ ਆਊਟਿੰਗ ਕੀਤੀ ਜਾਵੇ, ਹੋਰ ਕੁਝ ਨਹੀਂ ਤਾਂ ਕਿਸੇ ਦੇ ਬਰਥਡੇ 'ਤੇ ਚਲੇ ਜਾਓ ਯਾਰ, ਫੈਮਿਲੀ ਮੈਂਬਰ ਦੇ ਬਰਥਡੇ 'ਤੇ ਬਾਹਰ ਜਾ ਕੇ ਖਾਣਾ ਖਾਓ, ਸ਼ੌਕ ਪੂਰਾ ਕੀਤਾ ਜਾਵੇ। ਪਰ ਖਾਣੇ ਬਹੁਤ ਮਹਿੰਗੇ ਨੇ, 5-star ਹੋਟਲ ਦੇ ਵਿੱਚ ਆਏ ਬਾਏ 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 ਓਏ ਹੋਏ ਹੋਏ ਹੋਏ, ਕਮਾਲ ਹੋ ਗਈ। 1000 ਰੁਪਏ ਤੋਂ ਤਾਂ ਇੱਕ ਬੰਦੇ ਦਾ ਮੈਨਿਊ ਸ਼ੁਰੂ ਹੁੰਦਾ ਜਿਹੜਾ ਉਹ ਬਫੇ ਸਿਸਟਮ ਹੈ, ਕਮਾਲ ਹੋ ਗਈ। ਨਾ ਨਾ, 5-star ਹੋਟਲ ਤੋਂ ਥੱਲੇ ਆ, 3-star, 4-star, 2-star ਜੋ ਵੀ ਹੈ, ਚਲੋ ਇੱਕ ਛੋਟਾ ਜਿਹਾ ਈਟਿੰਗ ਸੈਂਟਰ ਢਾਬਾ ਹੀ ਲੈ ਲਓ ਯਾਰ, ਉੱਥੇ ਚਲੇ ਗਏ ਰੋਟੀ ਖਾਣ ਵਾਸਤੇ, ਉੱਥੇ ਵੀ 2-250 ਤੋਂ ਘੱਟ ਥਾਲੀ ਨਹੀਂ ਹੈਗੀ ਇੱਕ ਬੰਦੇ ਦੀ, ਯੈਸ, ਅੱਜ ਦੇ ਜ਼ਮਾਨੇ ਦੇ ਵਿੱਚ। ਚਲੋ ਖੈਰ, ਕਿਸੇ ਤਰ੍ਹਾਂ ਕੰਮ ਚਲਾ ਲਓ, ਸ਼ੌਕ ਪੂਰਾ ਕਰ ਲਓ, ਸ਼ੌਕ ਪੂਰਾ ਕਰਨਾ ਜ਼ਰੂਰੀ ਆ। ਵੱਡੇ ਵੱਡੇ ਹੋਟਲ ਦੇ ਵਿੱਚ ਤਾਂ ਫਿਰ ਵੱਡੇ ਵੱਡੇ ਲੋਕ ਹੀ ਜਾਣਗੇ ਨਾ, ਵੱਡੇ ਵੱਡੇ ਲੋਕ ਕੌਣ ਜਿਹਨਾਂ ਦੀ ਜੇਬ 'ਚ ਵੱਡੇ ਵੱਡੇ ਪੈਸੇ ਨੇ, ਹੈ ਨਾ, ਵੱਡੇ ਲੋਕ ਵੱਡੀਆਂ ਗੱਲਾਂ। ਸੋ ਜਿਹੜੇ ਨਹੀਂ ਜਾ ਸਕਦੇ ਫਿਰ ਉਹ ਕਿਸੇ ਢਾਬੇ 'ਤੇ ਜਾ ਕੇ ਆਪਣਾ ਸ਼ੌਕ ਤਾਂ ਪੂਰਾ ਕਰੋ ਯਾਰ, ਉੱਥੇ ਵੀ ਕੁਆਲਿਟੀ ਮਾੜੀ ਨਹੀਂ ਹੈਗੀ। ਔਰ ਮਜ਼ਾਕ ਕਰਨ ਵਾਲੇ ਤਾਂ ਇੱਥੇ ਤੋਂ ਕਹਿੰਦੇ ਨੇ ਕਿ ਵੱਡੇ ਵੱਡੇ ਹੋਟਲਾਂ ਦੇ ਵਿੱਚ ਨਾ ਸਿਰਫ ਫੋਟੋਆਂ ਅਤੇ ਸੈਲਫੀਆਂ ਹੀ ਵਧੀਆ ਆਉਂਦੀਆਂ ਨੇ ਜਿਹੜੀਆਂ ਸਟੇਟਸ ਦੇ ਵਿੱਚ ਅਸੀਂ ਪਾਉਂਦੇ ਹਾਂ, ਅਤੇ ਉਹ ਹੋਟਲ ਚੱਲਦੇ ਨੇ, ਨਹੀਂ ਤਾਂ ਢਾਬਿਆਂ ਦਾ ਖਾਣਾ ਜ਼ਿਆਦਾ ਟੇਸਟੀ ਹੁੰਦਾ, ਕਿਉਂਕਿ ਉਹ ਫਰੈਸ਼ ਹੁੰਦਾ, ਉਨਾ ਕੀ ਬਣਾਉਂਦੇ ਨੇ ਜਿੰਨਾ ਕੁ ਰੋਜ਼ ਦਾ ਰੋਜ਼ ਲੱਗ ਜਾਵੇ, ਰੋਜ਼ ਫਰੈਸ਼ ਬਣਦਾ। ਕਈ ਵਾਰ ਵੱਡੇ ਵੱਡੇ ਹੋਟਲਾਂ ਦੇ ਵਿੱਚ ਨਾ ਉਹ ਬਣਾ ਕੇ ਸਟੋਰ ਕਰਕੇ ਰੱਖ ਲੈਂਦੇ ਨੇ, ਕਿਉਂਕਿ ਪਤਾ ਨਹੀਂ ਗਾਹਕ ਕਦੋਂ ਜ਼ਿਆਦਾ ਆ ਜਾਣ, ਕੋਈ ਆਰਡਰਸ ਪਲੇਸ ਹੋ ਜਾਣ, ਇਸ ਕਰਕੇ ਸਟੋਰ ਕਰਕੇ ਵੱਡੇ ਵੱਡੇ ਫਰੀਜ਼ਰਸ ਦੇ ਵਿੱਚ ਰੱਖਿਆ ਹੁੰਦਾ, ਔਰ ਕਈ ਵਾਰ ਉਹ 2-2, 3-3 ਦਿਨ ਪੁਰਾਣਾ ਹੁੰਦਾ, ਉਸਨੂੰ ਗਰਮ ਕਰਕੇ ਫਰੈਸ਼ ਕਰਕੇ ਦੇ ਦਿੰਦੇ ਨੇ। ਛੋਟੇ ਛੋਟੇ ਢਾਬਿਆਂ 'ਚ ਇਹ ਨਹੀਂ ਹੁੰਦਾ, ਕਿਉਂਕਿ ਉੱਥੇ ਕੁਝ ਬਚਦਾ ਹੀ ਨਹੀਂ, ਕਿਉਂਕਿ ਉਨਾ ਕੀ ਬਣਾਉਂਦੇ ਨੇ, ਜਿੰਨਾ ਰੋਜ਼ ਲੱਗ ਜਾਵੇ ਉਹਨਾਂ ਕੋਲ ਕੋਈ ਵੱਡੇ ਵੱਡੇ ਫਰੀਜ਼ਰ, ਕੋਈ ਡੀਪ ਫਰੀਜ਼ਿੰਗ ਤਾਂ ਹੁੰਦੀ ਨਹੀਂ, ਇਸ ਕਰਕੇ ਸਾਂਭ ਕੇ ਕਿੱਥੇ ਰੱਖਣੇ ਨੇ, ਖਰਾਬ ਹੋ ਸਕਦੇ ਨੇ, ਇਸ ਕਰਕੇ ਉਹ ਫਰੈਸ਼ ਖਾਣਾ ਹੁੰਦਾ। ਪ੍ਰੈਫਰ ਕਰੋ ਕਿ ਲੋਕਲ ਢਾਬਿਆਂ ਦੇ ਉੱਤੇ। ਹਾਂ, ਕੁਆਲਿਟੀ ਜ਼ਰੂਰ ਦੇਖੋ, ਸਫਾਈ ਜ਼ਰੂਰ ਦੇਖੋ। ਮੈਂ ਤਾਂ ਕਹਿ ਰਿਹਾ, ਜੇ ਤੁਸੀਂ ਵੱਡੇ ਵੱਡੇ ਹੋਟਲ ਅਫੋਰਡ ਨਹੀਂ ਕਰ ਸਕਦੇ ਤਾਂ ਛੋਟੇ ਥਾਂ 'ਤੇ ਚਲੇ ਜਾਓ, ਸ਼ੌਕ ਪੂਰਾ ਕਰ ਲਓ, ਕਿਉਂਕਿ ਸ਼ੌਕ ਪੂਰਾ ਕਰਨਾ ਜ਼ਰੂਰੀ ਹੈ, ਤਾਂ ਹੀ ਜ਼ਿੰਦਗੀ ਦਾ ਅਸਲੀ ਮਜ਼ਾ ਹੈ, ਤਾਂ ਹੀ ਜ਼ਿੰਦਗੀ, ਹੈ ਨਾ, ਲੁਤਫ ਵਾਲੀ ਲੱਗਦੀ ਹੈ, ਸਵਾਦੀ ਸਵਾਦੀ ਲੱਗਦੀ ਆ। ਸੋ ਮਰਿਆਦਾ 'ਚ ਰਹਿੰਦੇ ਹੋਏ ਆਪਣੇ ਸ਼ੌਕ ਪੂਰੇ ਕਰੋ, ਇੱਥੇ ਮਰਿਆਦਾ ਆਏਗੀ ਆਪਣੀ ਪੋਕਿਟ ਦੀ, ਕਿ ਜਿੰਨਾ ਅਫੋਰਡ ਕਰ ਸਕਦੇ ਹੋ ਉਨਾ ਜ਼ਰੂਰ ਖਰਚ ਕਰਨਾ ਚਾਹੀਦਾ, ਉੱਥੇ ਕਮ ਸੇ ਕਮ ਕੰਜੂਸੀ ਨਾ ਕਰੋ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਗੱਲ ਹੋਈ ਜੀ ਮੇਰੇ ਨਾਲ ਬਹਿ ਕੇ ਕਈ ਆਪਣੇ ਫਰੈਂਡ ਸਰਕਲ ਦੇ ਵਿੱਚ, ਉਹ ਕਹਿੰਦੇ ਮੈਂ ਕੌਫੀ ਪੀਣ ਗਿਆ, ਬੜੀ ਟੇਸਟੀ ਕੌਫੀ, ਬੜੀ ਟੇਸਟੀ ਕੌਫੀ, ਜਦੋਂ ਬਿੱਲ ਆਇਆ 999 ਰੁਪਏ ਇਹਦਾ ਇੱਕ ਕੱਪ। ਮੈਂ ਕਿਹਾ ਤੁਹਾਡਾ ਭਲਾ ਹੋ ਜਾਵੇ, 999 ਰੁਪਏ ਦਾ ਇੱਕ ਕੱਪ, ਯਾਨੀ 1000 ਰੁਪਈਏ ਦਾ ਇੱਕ ਕੱਪ। ਇੱਥੇ 100 ਰੁਪਏ 'ਚ ਅਸੀਂ 10 ਕੱਪ ਪੀ ਜਾਣੇ ਸੀ, 10-10 ਰੁਪਏ ਕਰ, 10-10 ਰੁਪਏ ਕਰ, ਹੈ ਨਾ, 10-10 ਰੁਪਏ ਦਾ ਕੱਪ ਆਉਂਦਾ ਹੈ ਆਮ, ਉੱਥੇ 1000 ਰੁਪਏ ਦਾ ਇੱਕ ਕੱਪ ਹੀ, ਬਈ ਠੀਕ ਹੈ, ਫਿਰ ਵੱਡਾ ਹੋਟਲ ਹੈ, ਵੱਡੇ ਲੋਕ ਵੱਡੀਆਂ ਗੱਲਾਂ, ਕਿਹਨੇ ਕਿਹਾ ਸੀ ਉੱਥੇ ਜਾ ਕੇ ਖਰਚ ਕਰਨ ਨੂੰ, ਜੇ ਅਫੋਰਡ ਨਹੀਂ ਕਰ ਸਕਦਾ। ਪਰ ਜੇ ਅਫੋਰਡ ਕਰ ਸਕਦਾ ਤਾਂ ਸਵਾਦ ਲੈ ਨਾ, ਕਦੋਂ ਤੱਕ 10-10 ਰੁਪਏ ਦੇ ਕੱਪ ਪੀਂਦਾ ਰਹੇਗਾ, 1000 ਰੁਪਏ ਦਾ ਕੱਪ ਵੀ ਤਾਂ ਪੀ ਕੇ ਦੇਖ, ਕੌਫੀ ਦਾ ਸਵਾਦ ਤਾਂ ਕੁਝ ਆਊਗਾ। ਕਹਿੰਦੇ ਨੇ ਕਿ ਜਿਹੜੀ 10-10 ਰੁਪਏ ਵਾਲੀ ਹੁੰਦੀ ਉਹ ਨਿੱਕੇ ਨਿੱਕੇ ਪਾਊਚ ਹੁੰਦੇ ਨੇ ਜੀ, ਉਹ ਬਸ ਉਬਾਲ ਲਓ, ਕਈ ਵਾਰ ਚਾਹ ਵਾਕਣੀ ਪੱਤੀ ਵਾਕਣੀ ਉਬਾਲ ਕੇ ਪੀ ਲੈਂਦੇ ਨੇ, ਉਹ ਜੀ ਕੌਫੀ ਹੋ ਗਈ ਜੀ, ਉਹ ਕੌਫੀ ਥੋੜ੍ਹਾ, ਉਹ ਫਿਰ ਅਸਲੀ ਕੌਫੀ ਨਹੀਂ ਨਾ ਹੈਗੀ, ਉਹ ਤਾਂ ਫਿਰ 1000 ਰੁਪਈਏ ਵਾਲੀ, ਜਦੋਂ ਬੀਨਸ ਹੁੰਦੇ ਨੇ, ਬੀਨਸ ਨੂੰ ਕਰੱਸ਼ ਕਰਕੇ ਪਾਊਡਰ ਬਣਾਇਆ ਜਾਂਦਾ, ਫਿਰ ਉਹਦੇ ਵਿੱਚ ਜਿਹੜਾ ਵੀ ਲੱਲਾ ਭਾਬਾ ਕਰਕੇ ਉਹ ਬਣਾਉਂਦੇ ਨੇ, ਬਹੁਤ ਟੇਸਟੀ ਕਰੀਮ ਦਾ ਪੱਤਾ ਜਿਹਾ ਬਣਾ ਕੇ, ਸੋ ਟੇਸਟੀ ਪ੍ਰੈਜੈਂਟੇਸ਼ਨ ਐਂਡ ਆਲ ਦੈਟ, ਸੋ ਉਹ ਟੇਸਟ ਵੱਖਰਾ ਹੁੰਦਾ ਜਦੋਂ ਕਿੱਕ ਸਟਾਰਟ ਕਰਦਾ ਤੁਹਾਡਾ ਬ੍ਰੇਨ,
ਉਹ ਕੌਫੀ ਦੀ ਚੁਸਕੀ ਲੈ ਕੇ, ਫਿਰ ਉਹ ਸਵਾਦ ਤਾਂ ਲੱਗਣੀ ਹੈ ਨਾ, 1000 ਰੁਪਈਆ ਯਾਰ, ਸਵਾਦ ਨਾ ਵੀ ਲੱਗੇ ਤਾਂ ਵੀ ਸਵਾਦ ਲੱਗਣੀ ਹੁੰਦੀ, 1000 ਰੁਪਈਆ ਨਹੀਂ ਖਰਚਿਆ। ਸੋ ਜ਼ਰੂਰੀ ਹੈ ਕਦੀ ਇਹ ਵੀ ਸ਼ੌਕ ਪੂਰਾ ਕਰਕੇ ਦੇਖੋ, ਪਰ ਮਰਿਆਦਾ ਦੇ ਵਿੱਚ ਇਹ ਨਹੀਂ ਕਿ ਘਰਦਿਆਂ ਨੂੰ ਰੋਟੀ ਨਹੀਂ ਮਿਲਦੀ ਪਈ, ਘਰਦਿਆਂ ਦੀ ਦਵਾਈ ਨਹੀਂ ਆਉਂਦੀ ਪਈ, ਅਤੇ ਤੂੰ ਆਪਣਾ 1000 ਰੁਪਈਏ ਦਾ ਕੌਫੀ ਦਾ ਕੱਪ ਪੀਣ ਤੁਰ ਪਿਆ। ਨੋ ਨੋਟ ਨੋ ਨੋ ਨੋਟ ਐਟ ਦਿਸ ਕੋਸਟ। ਸੋ ਜ਼ਿੰਦਗੀ ਚਾਂਸ ਦੇਵੇ ਤਾਂ 1000 ਰੁਪਈਏ ਦਾ ਕਿ 2000 ਰੁਪਏ ਦਾ ਕਿ 10000 ਰੁਪਏ ਦਾ ਕੌਫੀ ਦਾ ਕੱਪ ਵੀ ਪੀਣਾ ਚਾਹੀਦਾ, ਜੇ ਕਿਤੇ ਹੈਗਾ। ਮੈਨੂੰ ਨਹੀਂ ਪਤਾ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤਾਂ ਐਫੋਰਡ ਕਰ ਸਕਦੇ ਹੋ ਜ਼ਰੂਰ। ਸ਼ੌਕ ਪੂਰਾ ਕਰਕੇ ਦੇਖੋ, ਸ਼ੌਕ ਨਾਲ ਹੀ ਜ਼ਿੰਦਗੀ ਹੁੰਦੀ ਹੈ, ਨਹੀਂ ਤਾਂ ਜ਼ਿੰਦਗੀ ਦਾ ਕੋਈ ਮਤਲਬ ਕੋਈ ਮਾਇਨਾ ਨਹੀਂ ਹੈਗਾ। ਐਵੇਂ ਫਿਰ ਤਾਂ ਰੂਟੀਨ ਵਰਕ ਹੀ ਹੈ, ਚੱਲੀ ਜਾਂਦਾ ਚੱਲੀ ਜਾਂਦਾ, 9 ਤੋਂ 5 ਦੀ ਡਿਊਟੀ ਵਾਲੀ ਕੰਮ ਹੋ ਜਾਂਦੀ ਹੈ ਜ਼ਿੰਦਗੀ, ਉਹ ਨਹੀਂ ਹੋਣਾ ਚਾਹੀਦਾ। ਇਸ ਕਰਕੇ ਜਿੰਨੀ ਪੋਕਿਟ ਅਲਾਊ ਕਰੇ ਉਨੇ ਸ਼ੌਕ ਜ਼ਰੂਰ ਪੂਰੇ ਕਰੋ, ਆਪਣੀ ਫੈਮਿਲੀ ਦੇ ਨਾਲ, ਆਪਣੇ ਫਰੈਂਡਸ ਦੇ ਨਾਲ। ਪਰ ਮੈਂ ਬਾਰ ਬਾਰ ਕਹਿ ਰਿਹਾ, ਸ਼ੌਕ ਵਧੀਆ ਹੋਣੇ ਚਾਹੀਦੇ ਨੇ, ਹੈਲਦੀ ਹੋਣੇ ਚਾਹੀਦੇ ਨੇ, ਮਰਿਆਦਾ ਵਾਲੇ ਹੋਣੇ ਚਾਹੀਦੇ ਨੇ, ਊਟ ਪਟਾਂਗ ਵਾਹੀਆਤ ਕਿਸਮ ਦੇ ਸ਼ੌਕ ਨਹੀਂ ਹੋਣੇ ਚਾਹੀਦੇ। ਤੁਸੀਂ ਮੇਰੀ ਗੱਲ ਸਮਝ ਰਹੇ ਹੋ, ਮੈਂ ਕਿੱਥੋਂ ਬੋਲਦਾ ਪਿਆ, ਕਿਹੜੀ ਫ੍ਰੀਕੁਐਂਸੀ ਤੋਂ, ਕਿਹੜੀ ਸਟੇਸ਼ਨ ਤੋਂ ਗੱਲ ਕਰਦਾ ਪਿਆ, ਤੁਸੀਂ ਸਮਝਦੇ ਪਏ ਹੋ। ਇਸ ਕਰਕੇ ਸ਼ੌਕ ਮਰਿਆਦਾ ਦੇ ਵਿੱਚ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਅਤੇ ਬਜ਼ੁਰਗ ਕਹਿੰਦੇ ਨੇ, ਆਪਣੇ ਚੱਦਰ ਦੇਖ ਕੇ ਆਪਣੇ ਪੈਰ ਪਸਾਰਨੇ ਚਾਹੀਦੇ ਨੇ, ਨਹੀਂ ਤਾਂ ਪੈਰ ਚੱਦਰ ਤੋਂ ਬਾਹਰ ਆ ਜਾਂਦੇ ਨੇ ਅਤੇ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ, ਫਿਰ ਰੌਲਾ ਪਾਉਣਾ ਤੁਸੀਂ ਸ਼ੁਰੂ ਕਰ ਦਿੰਦੇ ਹੋ। ਇਸ ਕਰਕੇ ਚਾਦਰ ਦੇ ਅੰਦਰ ਹੀ ਪੈਰ ਰੱਖੋ, ਇਹੀ ਸਿਆਣੀ ਗੱਲ ਹੈ। ਕਰਦੇ ਪਏ ਹਾਂ ਗੱਲ ਦਿਲ ਦੀ। ਇੱਕ ਨਾ ਅੰਕਲ ਜੀ ਮਿਲੇ, ਅੰਕਲ ਜੀ ਮੈਨੂੰ ਕਹਿੰਦੇ ਕਿ ਮੇਰਾ ਸੀ ਜਨਮ ਦਿਨ ਅਤੇ ਬੱਚੇ ਕਹਿੰਦੇ ਬਾਹਰ ਜਾ ਕੇ ਸੈਲੀਬ੍ਰੇਟ ਕਰਨਾ। ਉਹ ਮੈਂ ਕਿਹਾ ਭਲੇ ਉਹ ਲੋਕੋ ਰਹਿਣ ਦਿਓ, ਸਾਰੀ ਉਮਰ ਨਾਲ ਕਦੀ ਸੈਲੀਬ੍ਰੇਟ ਕੀਤਾ, ਘਰ ਹੀ ਪੂੜੀਆਂ ਛੋਲੇ ਬਣਾ ਲਓ, ਬਹਿ ਕੇ ਖਾ ਲੈਂਦੇ ਹਾਂ। ਨਹੀਂ ਨਹੀਂ ਪਾਪਾ, ਅੱਜ ਬਾਹਰ ਖਾਣਾ ਖਾਣਾ। ਤੁਹਾਡੇ ਬੱਚੇ ਕੰਮ ਕਰ ਰਹੇ ਨੇ, ਤੁਹਾਡੇ ਬੱਚੇ ਜੋਬ ਕਰ ਰਹੇ ਨੇ, ਤੁਹਾਡੇ ਬੱਚੇ ਬਿਜ਼ਨਸ ਕਰ ਰਹੇ ਨੇ, ਤੁਹਾਡੇ ਬੱਚੇ ਪ੍ਰੋਫੈਸ਼ਨਲਸ ਨੇ, ਐਫੋਰਡ ਕਰ ਸਕਦੇ ਹਾਂ। ਤੁਹਾਡਾ ਵੇਲਾ ਸੀ ਠੀਕ ਹੈ, ਤੁਸੀਂ ਬਹੁਤ ਤੰਗੀ ਦੇਖੀ, ਗਰੀਬੀ ਦੇਖੀ, ਬੜੀ ਮੁਸ਼ਕਲਾਂ ਨਾਲ ਸਾਨੂੰ ਪਾਲਿਆ। ਹੁਣ ਸਾਡਾ ਫਰਜ਼ ਬਣਦਾ ਕਿ ਤੁਹਾਡੇ ਸ਼ੌਕ ਪੂਰੇ ਕਰੀਏ। ਤੁਸੀਂ ਕਦੀ ਆਪਣਾ ਸ਼ੌਕ ਨਹੀਂ ਪੂਰਾ ਕੀਤਾ, ਇਸ ਮਹੀਨੇ ਪਜਾਮਾ ਖਰੀਦ ਲੈਂਦੇ, ਆਪਣੇ ਅਗਲੇ ਮਹੀਨੇ ਕੁੜਤਾ ਖਰੀਦ ਲਾਂਗੇ, ਆਪਣੇ ਅਗਲੇ ਮਹੀਨੇ ਚੱਪਲ ਖਰੀਦ ਲਾਂਗੇ, ਇੱਦਾਂ ਚੱਲਦੇ ਰਹੇ ਹੋ ਤੁਸੀਂ। ਨਾ ਨਾ, ਹੁਣ ਅਸੀਂ ਸ਼ੌਕ ਪੂਰੇ ਕਰਾਂਗੇ। ਕਹਿੰਦਾ ਵੀ ਠੀਕ ਹੈ, ਹੁਣ ਬੱਚਿਆਂ ਸਾਹਮਣੇ ਨਹੀਂ ਚੱਲਦੀ, ਸੁਣਨੀ ਪੈਂਦੀ ਬੱਚਿਆਂ ਨੂੰ, ਚਲੋ ਭਾਈ ਕਰ ਲਿਓ ਪਾਪਾ ਜੀ ਦੇ ਸ਼ੌਕ ਪੂਰੇ। ਕਹਿੰਦਾ ਜਾ ਕੇ ਜੀ ਵੱਡੇ ਹੋਟਲ 'ਚ ਖਾਣਾ ਖਾਧਾ ਅਤੇ ਖਾਣਾ ਖਾ ਕੇ ਫਿਰ ਘਰ ਆ ਗਏ, ਬਿੱਲ ਬਣ ਗਿਆ 10000 ਰੁਪਈਆ। ਮੈਂ ਕਿਹਾ ਤੁਹਾਡਾ ਭਲਾ ਹੋ ਜਾਵੇ, ਇੰਨੀ ਤਾਂ ਮੇਰੀ ਤਨਖਾਹ ਨਹੀਂ ਹੁੰਦੀ ਸੀ ਮਹੀਨੇ ਦੀ, ਜਿਹੜਾ ਤੁਸੀਂ 2 ਘੰਟਿਆਂ 'ਚ ਉਡਾ ਕੇ ਆ ਗਏ ਹੋ। ਕਹਿੰਦੇ ਪਾਪਾ ਜੀ ਫਿਕਰ ਨਾ ਕਰੋ, ਤੁਹਾਡੇ ਬੱਚੇ ਕਮਾਉਂਦੇ ਨੇ, 10000 ਛੱਡ ਕੇ 20000 ਆਉਂਦਾ, 25000 ਆਉਂਦਾ ਸੀ ਉਹ ਵੀ ਦੇ ਦੇਣਾ ਸੀ, ਕੋਈ ਪ੍ਰੋਬਲਮ ਨਹੀਂ, ਆਓ ਚੱਲੀਏ। ਉਹ ਜੀ ਅੰਕਲ ਜੀ ਵੀ ਖੁਸ਼, ਆਪਣੇ ਫਰੈਂਡਸ ਦੇ ਵਿੱਚ ਬੈਠੇ ਨੇ, ਗੱਲਾਂ ਕਰਦੇ ਨੇ। ਸਵੇਰ ਵੇਰੇ ਮੋਰਨਿੰਗ ਵਾਕ ਕਰਨ ਗਏ, ਬਈ ਰਾਤੀ ਮੇਰੇ ਪੁੱਤਰ ਮੈਨੂੰ ਲੈ ਕੇ ਗਏ, ਉੱਥੇ ਜਾ ਕੇ ਮੇਰਾ ਬਰਥਡੇ ਸੈਲੀਬ੍ਰੇਟ ਕੀਤਾ, ਉਹ ਕੇਕ ਸ਼ੇਕ ਮੰਗਾਇਆ। ਕਹਿੰਦੇ ਪਾਪਾ ਜੀ ਫੂਕਾਂ ਮਾਰੋ, ਮੈਂ ਫੂਕਾਂ ਮਾਰ ਦਿੱਤੀਆਂ, ਭਾਈ ਮੋਮਬੱਤੀਆਂ ਬੁਝਾ ਦਿੱਤੀਆਂ, ਉਸ ਤੋਂ ਬਾਅਦ ਕੇਕ ਸ਼ੇਕ ਖਾਧਾ, ਫਿਰ ਰੋਟੀ ਖਾਧੀ, ਬੜਾ ਸਵਾਦ ਆਇਆ। ਅਤੇ ਦੋਸਤ ਪੁੱਛਦੇ ਨੇ, ਉਹ ਯਾਰ ਖਾ ਕੇ ਕੀ ਆਇਆ, ਕੀ ਖਾਧਾ ਜੀ ਉੱਥੇ, 10000 ਰੁਪਇਆ ਬਿੱਲ ਬਣਾ ਦਿੱਤਾ, ਤੁਸੀਂ ਕਹਿੰਦੇ ਪਏ ਉਹ ਕੀ ਖਾਧਾ ਜੀ। ਕਹਿੰਦਾ ਪਤਾ ਨਹੀਂ ਯਾਰ ਕੀ ਖਾਧਾ, ਉਹ ਜਿਹੜੀ ਵੀ ਡਿਸ਼ ਲੈ ਕੇ ਆਉਂਦੇ ਸੀ ਉਹਦੇ ਵਿੱਚ ਧੂੰਆਂ ਜਿਹਾ ਕੱਢ ਕੇ ਲੈ ਆਉਂਦੇ ਸੀ, ਹੁਣ ਉਹ ਸਿਜ਼ਲਿੰਗ ਕਰਕੇ ਲੈ ਕੇ ਆਉਂਦੇ ਨੇ ਨਾ, ਧੂੰਆਂ ਜਿਹਾ ਕੱਢ ਕੇ ਲੈ ਕੇ ਆਉਂਦੇ ਨੇ। ਕਹਿੰਦੇ ਪਤਾ ਨਹੀਂ ਕੀ ਸੀਗਾ ਯਾਰ ਉਹ, ਪਰ ਖਾਧਾ ਮੈਂ ਹੈਗਾ, ਸਵਾਦ ਵੀ ਲੱਗਾ ਹੈ, ਪਰ ਮੈਨੂੰ ਆਖਰੀ ਆਈਟਮ ਤੱਕ ਨਹੀਂ ਪਤਾ ਲੱਗਾ ਇਹ ਜਿਹੜਾ ਖਵਾਉਂਦੇ ਪਏ ਨੇ ਕੀ ਖਵਾਉਂਦੇ ਪਏ ਨੇ, ਮੈਨੂੰ ਨਹੀਂ ਪਤਾ। ਹਾਂ ਮੈਂ ਇਹ ਕਿਹਾ ਸੀ ਵੀ ਆਹ ਮੈਨੂੰ ਨਾ ਆ ਮੀਟ ਮੱਛੀ ਨਾ ਖਵਾਈਓ ਭਾਈ, ਇਹ ਮੈਂ ਖਾਂਦਾ ਨਹੀਂ, ਅਤੇ ਮੈਨੂੰ ਬਸ ਵੈਸ਼ਨੂ ਖਾਣਾ ਖਵਾ ਦਈਓ, ਆ ਦਾਲ ਚੌਲ ਫੁਲਕੇ। ਕਹਿੰਦਾ ਪਾਪਾ ਜੀ ਤੁਸੀਂ ਖਾਈ ਜਾਓ, ਕਹਿੰਦੇ ਮੈਨੂੰ ਪਤਾ ਨਾ ਲੱਗੇ ਕੀ ਹੈਗਾ। ਖੈਰ ਇੰਨੀ ਗੱਲ ਤਾਂ ਹੋਈ ਕਿ ਮੈਂ ਨੋਨ ਵੈਜੀਟੇਰੀਅਨ ਨਹੀਂ ਖਾਧਾ, ਮੈਂ ਵੈਜੀਟੇਰੀਅਨ ਖਾਧਾ, ਪਰ ਉਹਨਾਂ ਨੇ ਜ਼ਰੂਰ ਨੋਨ ਵੈਜੀਟੇਰੀਅਨ ਖਾਧਾ। ਖਾਣ ਬਈ ਬੱਚੇ ਨੇ, ਸ਼ੌਕ ਨੇ, ਪੂਰੇ ਕਰੋ। ਪਰ ਉਹ ਵੀ ਮੈਨੂੰ ਨਹੀਂ ਪਤਾ ਲੱਗਾ ਕਿਹੜਾ ਨੋਨ ਵੈਜੀਟੇਰੀਅਨ ਸੀ, ਮੱਛੀ ਸੀ, ਮੁਰਗਾ ਸੀ, ਬੱਕਰਾ ਸੀ, ਕੀ ਸੀ, ਉਹ ਵੀ ਧੂੰਆਂ ਜਿਹਾ ਕੱਢ ਕੇ ਲੈ ਆਉਂਦੇ ਸੀ।
ਮਤਲਬ ਧੂੰਏ ਧੂੰਏ ਦੇ ਵਿੱਚ ਹੀ 10,000 ਦਾ ਬਿੱਲ ਬਣਾ ਦਿੱਤਾ ਉਹਨਾਂ ਨੇ। ਚਲੋ ਠੀਕ, ਇਹ ਧੂੰਆਂ ਹੀ ਹੁੰਦਾ ਜੀ, ਇਹ ਸ਼ੌਕ ਪੂਰਾ ਕਰਨਾ ਧੂੰਆਂ ਹੀ ਹੁੰਦਾ ਹੈ। ਜਦੋਂ ਧੂੰਆਂ ਅੰਦਰੋਂ ਨਿਕਲ ਜਾਂਦਾ ਨਾ, ਸਾਰੇ ਸ਼ੌਕ ਪੂਰੇ ਹੋ ਜਾਂਦੇ ਨੇ। ਜਿਵੇਂ ਪ੍ਰੈਸ਼ਰ ਕੁੱਕਰ ਦੀ ਸੀਟੀ ਦੇ ਵਿੱਚੋਂ ਨਾ ਭਾਫ਼ ਧੂੰਆਂ ਨਿਕਲ ਜਾਂਦਾ ਨਾ, ਸਬਜ਼ੀ ਬਣ ਕੇ ਸ਼ਾਂਤੀ ਹੋ ਗਈ। ਉਹੀ ਚੀਜ਼ ਹੈ, ਖੋਲਦੇ ਹਾਂ ਨਾ ਆਪਾਂ ਕੋਈ ਸੋਡਾ ਕੋਈ ਡਰਿੰਕ, ਤੱਕ ਉਹਦਾ ਢੱਕਣ ਖੋਲਿਆ, ਧੂੰਆਂ ਨਿਕਲ ਗਿਆ ਨਾ, ਪ੍ਰੈਸ਼ਰ ਨਿਕਲ ਗਿਆ, ਸ਼ਾਂਤੀ ਹੋ ਗਈ। ਸੋ ਉਹ ਸ਼ੌਕ ਵੀ ਉਹੀ ਹੁੰਦੇ ਨੇ, ਧੂੰਆਂ ਮਾਕਣ ਜਦੋਂ ਬਾਹਰ ਪ੍ਰੈਸ਼ਰ ਰਿਲੀਜ਼ ਹੋ ਜਾਂਦਾ, ਸ਼ਾਂਤੀ ਹੋ ਜਾਂਦੀ, ਸ਼ੌਕ ਪੂਰਾ ਹੋ ਗਿਆ, ਠੰਡ ਪੈ ਗਈ ਕਲੇਜੇ ਦੇ ਵਿੱਚ ਯਾ। ਸੋ ਕਲੇਜੇ ਦੇ ਵਿੱਚ ਠੰਡ ਪੈਣੀ ਜ਼ਰੂਰੀ ਆ, ਔਰ ਮਿਹਨਤ ਕਰੋ ਆਪਣੇ ਕਲੇਜੇ ਵਿੱਚ ਠੰਡ ਪਾਉਣ ਵਾਸਤੇ, ਪੈਸੇ ਕਮਾਓ ਔਰ ਮਿਹਨਤ ਕਰਕੇ ਜਦੋਂ ਤੁਸੀਂ ਉਸ ਕਮਾਈ ਦੇ ਨਾਲ ਆਪਣੇ ਸ਼ੌਕ ਪੂਰੇ ਕਰੋਗੇ, ਆਪਣੀ ਮਿਹਨਤ ਦੀ ਕਮਾਈ ਦੇ ਨਾਲ ਆਪਣੇ ਸ਼ੌਕ ਪੂਰੇ ਕਰੋਗੇ, ਉਹਦਾ ਸਵਾਦ ਹੀ ਕੁਝ ਹੋਰ ਹੋਏਗਾ। ਕਿਉਂਕਿ ਮਿਹਨਤ ਦੀ ਕਮਾਈ ਦੇ ਨਾਲ ਜਦੋਂ ਤੁਸੀਂ ਆਪਣੇ ਸ਼ੌਕ ਪੂਰੇ ਕਰਦੇ ਹੋ ਨਾ, ਉਦੋਂ ਉਹ ਸ਼ੌਕ ਬੜੇ ਮਰਿਆਦਾ ਵਾਲੇ ਹੁੰਦੇ ਨੇ, ਬੜੇ ਸੰਸਕਾਰਾਂ ਵਾਲੇ ਹੁੰਦੇ ਨੇ, ਮਾਂ ਬਾਪ ਦੀ ਸਿੱਖਿਆ ਵਾਲੇ ਹੁੰਦੇ ਨੇ। ਕਿਉਂਕਿ ਮਿਹਨਤ ਦੀ ਕਮਾਈ ਹੈ, ਖੂਨ ਪਸੀਨੇ ਦੀ ਕਮਾਈ ਹੈ। ਹਰਾਮ ਦੀ ਕਮਾਈ ਦੇ ਨਾਲ ਜੇ ਸ਼ੌਕ ਪੂਰੇ ਕਰੋਗੇ ਤਾਂ ਸ਼ੌਕ ਵੀ ਉਹੋ ਜਿਹੇ ਹੀ ਹੁੰਦੇ ਨੇ, ਵਾਹੀਆਤ, ਜੋ ਨਾ ਮਾਂ ਬਾਪ ਨੂੰ ਪਸੰਦ ਹੁੰਦੇ ਨੇ, ਨਾ ਫੈਮਿਲੀ ਨੂੰ ਪਸੰਦ ਹੁੰਦੇ ਨੇ, ਨਾ ਗੁਰੂ ਸਾਹਿਬ ਦੀਆਂ ਸਿੱਖਿਆ ਦੇ ਮੁਤਾਬਿਕ ਹੁੰਦੇ ਨੇ, ਉਹ ਵਾਹੀਆਤ ਹੀ ਹੁੰਦੇ ਨੇ। ਇਸ ਕਰਕੇ ਤੁਸੀਂ ਮੇਰੀ ਗੱਲ ਸਮਝ ਰਹੇ ਹੋ, ਸ਼ੌਕ ਉਹ ਰੱਖੋ ਜਿਹੜੇ ਆਪਣੇ ਮਾਤਾ ਪਿਤਾ ਦੇ ਨਾਲ ਬੈਠ ਕੇ ਪੂਰੇ ਕਰ ਸਕੋ, ਆਪਣੀ ਫੈਮਿਲੀ ਦੇ ਨਾਲ ਬੈਠ ਕੇ ਪੂਰੇ ਕਰ ਸਕੋ, ਆਪਣੇ ਭੈਣ ਭਰਾਵਾਂ ਦੇ ਨਾਲ ਬੈਠ ਕੇ ਪੂਰੇ ਕਰ ਸਕੋ, ਆਪਣੀ ਬੀਵੀ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਪੂਰੇ ਕਰ ਸਕੋ। ਸੋ ਉਹ ਸ਼ੌਕ ਹੁੰਦੇ ਨੇ ਜੋ ਵੱਡੇ ਬਜ਼ੁਰਗਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਮੁਤਾਬਿਕ ਹੋਣ, ਔਰ ਉਹ ਸ਼ੌਕ ਸਾਰੇ ਆਪਣੇ ਮਿਹਨਤ ਦੀ ਕਮਾਈ ਦੇ ਨਾਲ ਪੂਰੇ ਕਰੋ, ਤਾਂ ਉਹਦਾ ਸਵਾਦ ਹੀ ਵੱਖਰਾ ਹੁੰਦਾ ਹੈ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਲਓ ਜੀ, ਆਪਾਂ ਸ਼ੌਕ ਦੀ ਗੱਲ ਕੀਤੀ, ਖਾਣ ਪੀਣ ਦੇ ਸ਼ੌਕ, ਕੱਪੜੇ ਪਾਉਣ ਦੇ ਸ਼ੌਕ, ਘੁੰਮਣ ਫਿਰਨ ਦੇ ਸ਼ੌਕ, ਪੜ੍ਹਨ ਦੇ ਸ਼ੌਕ ਵੀ ਹੋਣੇ ਚਾਹੀਦੇ ਨੇ ਨਾ, ਇਹ ਵੀ ਮੈਂ ਗੱਲ ਕਰਦਾ ਪਿਆ। ਟੀ ਵੀ ਦਾ ਪ੍ਰੋਗਰਾਮ ਉਹ ਦੇਖੋ ਜਿਹੜਾ ਤੁਹਾਡੀ ਪੜ੍ਹਾਈ ਲਿਖਾਈ ਵਾਸਤੇ ਹੈ, ਇੰਟਰਨੈਟ ਦੇ ਉੱਤੇ ਉਹ ਚੀਜ਼ ਦੇਖੋ ਜਿਹੜੀ ਤੁਹਾਡੀ ਪੜ੍ਹਾਈ ਲਿਖਾਈ ਵਾਸਤੇ ਹੈ, ਠੀਕ ਆ। ਅਤੇ ਨਾਲ ਫਰੈਂਡਸ ਦਾ ਸ਼ੌਕ, ਫਰੈਂਡ ਸਰਕਲ ਵਧਾਉਣ ਦਾ ਸ਼ੌਕ, ਨੈੱਟਵਰਕ ਦਾ ਸ਼ੌਕ, ਬਿਜ਼ਨਸ ਦਾ ਸ਼ੌਕ, ਆਪਣੇ ਪ੍ਰੋਫੈਸ਼ਨ ਨੂੰ ਹੋਰ ਚਮਕਾਉਣ ਦਾ ਸ਼ੌਕ, ਆਪਣੀ ਮਨਪਸੰਦ ਜੌਬ ਕਰਨ ਦਾ ਸ਼ੌਕ, ਆਪਣਾ ਮਨਪਸੰਦ ਕੰਮ ਕਰਨ ਦਾ ਸ਼ੌਕ, ਵੱਡਿਆਂ ਦੀ ਸੇਵਾ ਕਰਨ ਦਾ ਸ਼ੌਕ, ਸਮਾਜ ਦੇ ਵਿੱਚ ਸਭ ਦੇ ਕੰਮ ਆਉਣ ਦਾ ਸ਼ੌਕ, ਹੈ ਨਾ, ਸੁਸਾਇਟੀ ਨੂੰ ਕੁਝ ਐਸਾ ਦੇ ਕੇ ਜਾਣਾ ਕਿ ਸੁਸਾਇਟੀ ਤੁਹਾਨੂੰ ਯਾਦ ਰੱਖੇ, ਇਹ ਵੀ ਇੱਕ ਸ਼ੌਕ ਹੈ। ਔਰ ਤਰੱਕੀ ਬਖਸ਼ਣੀ ਸੁਸਾਇਟੀ ਨੂੰ, ਆਪਣੀ ਤਰੱਕੀ ਸੁਸਾਇਟੀ ਨੂੰ ਦੇਣੀ, ਇਹ ਵੀ ਇੱਕ ਸ਼ੌਕ ਹੈ। ਧਾਰਮਿਕ ਸਥਾਨਾਂ 'ਤੇ ਜਾਣਾ, ਇਹ ਵੀ ਸ਼ੌਕ, ਜਿੱਥੇ ਕਿਸੇ ਲੋੜਵੰਦ ਨੂੰ ਜ਼ਰੂਰਤ ਹੈ ਉਹਦੀ ਲੋੜ ਪੂਰੀ ਕਰਨੀ, ਇਹ ਵੀ ਸ਼ੌਕ ਹੈ ਨਾ। ਸਾਰੇ ਬਾਜ਼ਾਰ ਦੇ ਵਿੱਚ ਜਾ ਕੇ ਤਰ੍ਹਾਂ ਤਰ੍ਹਾਂ ਦੀਆਂ ਮਿਠਿਆਈਆਂ ਕਿੱਥੇ ਮਿਲਦੀਆਂ ਨੇ, ਉਹ ਵੀ ਚਖਣੀਆਂ ਚਾਹੀਦੀਆਂ ਨੇ, ਉਹ ਵੀ ਸ਼ੌਕ। ਤਰ੍ਹਾਂ ਤਰ੍ਹਾਂ ਦੇ ਖਾਣੇ ਕਿੱਥੇ ਮਿਲਦੇ ਨੇ, ਉਹ ਵੀ ਸ਼ੌਕ। ਕਿਹੜੀ ਕੰਟਰੀ 'ਚ ਜਾਵਾਂ, ਕਿੱਥੇ ਜਾ ਕੇ ਰਹਾਂ, ਕਿੱਥੇ ਆਪਣੀ ਹੋਲੀਡੇਜ਼ ਬਿਤਾ ਕੇ ਆਵਾਂ, ਇਹ ਵੀ ਸ਼ੌਕ। ਕੰਮ ਕਰਨ ਦਾ ਸ਼ੌਕ, ਰੱਬ ਨੂੰ ਪਾਉਣ ਦਾ ਸ਼ੌਕ, ਮਤਲਬ ਇਹ ਸ਼ੌਕ ਹੈ। ਜਦੋਂ ਤੱਕ ਸ਼ੌਕ ਜਿਉਂਦਾ ਹੈ ਉਦੋਂ ਤੱਕ ਜ਼ਿੰਦਗੀ ਜਿਉਂਦੀ ਹੈ, ਜਦੋਂ ਸ਼ੌਕ ਮਰ ਗਿਆ ਜ਼ਿੰਦਗੀ ਮਰ ਗਈ। ਸੋ ਸ਼ੌਕ ਨੂੰ ਹਮੇਸ਼ਾ ਜਿਉਂਦਿਆਂ ਰੱਖੋ, ਔਰ ਸ਼ੌਕ 'ਤੇ ਹਮੇਸ਼ਾ ਨਜ਼ਰ ਰੱਖੋ ਕਿ ਸ਼ੌਕ ਕਿਤੇ ਗਲਤ ਰਾਹ 'ਤੇ ਨਾ ਪੈ ਜਾਵੇ। ਪ੍ਰੋਗਰਾਮ ਗੱਲ ਦਿਲ ਦੀ, ਤੁਸੀਂ ਵੀ ਆਪਣੇ ਸ਼ੌਕ ਸਾਨੂੰ ਜ਼ਰੂਰ ਇਨਬੋਕਸ ਕਰੋ, ਸਾਡਾ ਚੈਨਲ ਪੰਜਾਬ ਮਿਲ USA TV ਜ਼ਰੂਰ ਸਬਸਕ੍ਰਾਈਬ ਕਰੋ। ਮੈਂ ਹਾਂ ਸੰਜੀਵ ਯਸ਼ ਖੰਨਾ, ਗੱਲ ਦਿਲ ਦੀ ਦੇ ਵਿੱਚ, ਸਤਿ ਸ਼੍ਰੀ ਅਕਾਲ।